ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇਨਫੋਕਸ ਦੇ ਅੱਜ ਦੇ ਐਪੀਸੋਡ ਵਿੱਚ ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ ਸਾਡੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਬੱਚਿਆਂ ਦੇ ਵੈਕਸੀਨੇਸ਼ਨ ਪ੍ਰੋਸੈਸ ਸੰਬੰਧੀ ਗੱਲਬਾਤ ਜਾਰੀ ਰਹੇਗੀ ਹੈਲਥ ਕੈਨੇਡਾ ਵੱਲੋਂ ਬੱਚਿਆਂ ਲਈ ਅਪਰੂਵ ਕੀਤੀ ਗਈ ਫਾਈਜ਼ਰ ਬਾਇਓਨਟੈਕ ਵੈਕਸੀਨ ਕਿੰਨੀ ਇਫੈਕਟਿਵ ਹੈ ਅਤੇ ਕੀ ਇਸ ਦੇ ਕੋਈ ਸਾਈਡ ਇਫੈਕਟਸ ਹਨ ਜਾਂ ਫਿਰ ਨਹੀਂ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਵਿਲੀਅਮ ਔਸਲਰ ਹੈਲਥ ਸਿਸਟਮ ਦੇ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ ਵਾਂਸ ਅਗੇਨ ਵੈਲਕਮ ਟੂ ਪੀਡੀਸੀ ਪੰਜਾਬੀ ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ ਵਾਂਸ ਅਗੇਨ ਵੈਲਕਮ ਟੂ ਪੀਡੀਸੀ ਪੰਜਾਬੀ ਸਤਿ ਸ਼੍ਰੀ ਅਕਾਲ ਜਸਲੀਨ ਜੀ ਮਾਈ ਪਲੇਜ਼ਰ ਡਾਕਟਰ ਬਾਜਵਾ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਰੀਸੈਂਟਲੀ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਬਾਇਓਨਟੈਕ ਦੀ ਜਿਹੜੀ ਵੈਕਸੀਨ ਹੈ ਉਹ 5 ਤੋਂ 11 ਸਾਲਾਂ ਦੇ ਬੱਚਿਆਂ ਲਈ ਅਪਰੂਵ ਕੀਤੀ ਗਈ ਸੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਬੱਚਿਆਂ ਲਈ ਇਹ ਵੈਕਸੀਨ ਕਿੰਨੀ ਇਫੈਕਟਿਵ ਹੈ ਅਤੇ ਹੁਣ ਤੱਕ ਇਹਦਾ ਕੋਈ ਸਾਈਡ ਇਫੈਕਟ ਆਏ ਨੇ ਸਾਹਮਣੇ ਜਾਂ ਫਿਰ ਨਹੀਂ ਸੋ ਵੈਰੀ ਗੁੱਡ ਕੁਐਸਚਨ ਜਸਲੀਨ ਜੀ ਇਹਦੇ ਸੇਫਟੀ ਵੱਲੋਂ ਇਹਨਾਂ ਨੇ ਪੂਰੀ ਟੈਸਟਿੰਗ ਕੀਤੀ ਹੋਈ ਹੈ ਅਤੇ ਸੇਫਟੀ ਵੱਲੋਂ ਦੇਖਿਆ ਕਿ ਆਲਮੋਸਟ ਜ਼ੀਰੋ ਸਾਈਡ ਇਫੈਕਟ ਹੈ ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਟੀਨੇਜਰਸ ਦੇ ਅਸੀਂ ਸ਼ੁਰੂ ਕੀਤੀ ਸੀ ਇਹ ਵਾਲੀ ਵੈਕਸੀਨ ਅਤੇ ਉਦੋਂ ਬਹੁਤ ਸਮਾਲ ਪਰਸੈਂਟੇਜ ਨੂੰ ਮਾਇਓਕਾਰਡਾਈਟਿਸ ਜਦੋਂ ਹਾਰਟ ਦੀ ਇਨਫਲਮੇਸ਼ਨ ਸੀ ਉਹਨਾਂ ਥੋੜ੍ਹੇ ਜਿਹੇ ਬੱਚਿਆਂ ਨੂੰ ਉਹਦੇ ਵਿੱਚ ਆ ਗਈ ਸੀ ਇਹਦੇ ਵਿੱਚ 5 ਤੋਂ 11 ਸਾਲਾਂ ਦੇ ਵਿੱਚ ਜਦੋਂ ਇਹਨਾਂ ਨੇ ਚੈੱਕ ਕੀਤਾ ਇਹਦੇ ਵਿੱਚ ਇਹਨਾਂ ਨੇ ਦੇਖ ਲਿਆ ਸੋ ਫਾਰ ਅਮੈਰੀਕਾ ਦੇ ਵਿੱਚ 4 ਮਿਲੀਅਨ ਬੱਚਿਆਂ ਦੇ ਇਹ ਪਹਿਲਾ ਡੋਸ ਲੱਗ ਚੁੱਕਾ ਹੈ ਅਤੇ 3.25 ਲੱਖ ਬੱਚਿਆਂ ਦੇ 2 ਡੋਸਿਸ ਲੱਗ ਚੁੱਕੇ ਉਹਨਾਂ ਦੇ ਵਿੱਚ ਉਹਨਾਂ ਨੇ ਚੈੱਕ ਕੀਤਾ ਕਿ ਕਿੰਨੀ ਕੁ ਇਹਨਾਂ ਨੂੰ ਉਹ ਹਾਰਟ ਵਾਲੀ ਪ੍ਰੋਬਲਮ ਆਈ ਹੈ ਕਿ ਦੇਖ ਲਓ ਉਹਨੇ 4 ਮਿਲੀਅਨ ਦੇ ਵਿੱਚੋਂ ਸੋ ਫਾਰ ਕੇਸਿਸ ਬਿਲਕੁਲ ਜ਼ੀਰੋ ਆਏ ਹੈ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਾਫੀ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਵਾਲੀ ਜਿਹੜੀ ਵੈਕਸੀਨ ਬੱਚਿਆਂ ਦੀ ਸੇਫਟੀ ਵੱਲੋਂ ਬਹੁਤ ਜ਼ਿਆਦਾ ਹੱਦੋਂ ਵੱਧ ਸੇਫ ਹੈ ਜੀ ਜਿਹੜਾ ਸੈਕਿੰਡ ਡੋਜ਼ ਦਾ ਜਿਹੜਾ ਗੈਪ ਰੈਕਮੈਂਡ ਕੀਤਾ ਗਿਆ ਹੈ ਉਹ 8 ਹਫ਼ਤਿਆਂ ਲਈ ਕੀਤਾ ਗਿਆ ਹੈ 8 ਹਫ਼ਤਿਆਂ ਦਾ ਗੈਪ ਕਿਉਂ ਰੈਕਮੈਂਡ ਕੀਤਾ ਗਿਆ ਡੂ ਯੂ ਥਿੰਕ ਕਿ ਜਿਹੜਾ ਗੈਪ ਹੈ ਕਿਉਂਕਿ ਬੱਚਿਆਂ ਦੀ ਉਮਰ ਬਹੁਤ ਛੋਟੀ ਹੈ 5 ਤੋਂ 11 ਸਾਲ ਅਤੇ ਗੈਪ ਥੋੜ੍ਹਾ ਹੋਰ ਜ਼ਿਆਦਾ ਹੋਣਾ ਚਾਹੀਦਾ ਸੀ ਨਹੀਂ ਜਦੋਂ ਉਹਨਾਂ ਨੇ ਟ੍ਰਾਇਲਸ ਕੀਤੇ ਸੀ ਟ੍ਰਾਇਲਸ ਦੇ ਵਿੱਚ ਤਾਂ ਉਹਨਾਂ ਨੇ ਗੈਪ ਦੇਖਿਆ ਸੀ ਸਿਰਫ 3 ਹਫ਼ਤਿਆਂ ਦਾ ਅਤੇ ਉਹ ਵੀ ਅਸਰ ਕਰਦਾ ਸੀਗਾ 3 ਹਫ਼ਤਿਆਂ ਦਾ ਪਰ ਕੈਨੇਡੀਅਨਸ ਨੇ ਉਹ ਜਿਹੜੀ ਸਾਡੀ ਪ੍ਰੀਵੀਅਸ ਐਕਸਪੀਰੀਅੰਸ ਸੀਗਾ ਪਿਛਲੇ ਸਾਲ ਦਾ ਉਹ ਦੇਖਦਿਆਂ ਹੋਇਆਂ ਇਹਨਾਂ ਨੇ ਕੀ ਆਖਿਆ ਕਿ 3 ਹਫ਼ਤੇ ਇਨਫ ਨਹੀਂ ਹੈਗੇ ਆਪਾਂ ਨੂੰ 8 ਹਫ਼ਤੇ ਚਾਹੀਦੇ ਹੈ ਦੇਖ ਲਓ ਫਨੀ ਸਟੋਰੀ ਇਸ ਤਰ੍ਹਾਂ ਬਣ ਗਈ ਹੈ ਕਿ ਜਦੋਂ ਅਮੈਰੀਕਨਸ ਨੇ ਪਿਛਲੇ ਇਸ ਸਾਲ ਦੇ ਵਿੱਚ ਟੀਕੇ ਸ਼ੁਰੂ ਕੀਤੇ ਸੀ ਬੜੀ ਤੇਜ਼ੀ ਨਾਲ ਉਹਨਾਂ ਨੇ ਲਾ ਲਏ ਸੀਗੇ ਕਿਉਂਕਿ ਉਹਨਾਂ ਕੋਲ ਸਪਲਾਈ ਬਹੁਤ ਜ਼ਿਆਦਾ ਸੀਗੇ ਅਤੇ ਕੈਨੇਡੀਅਨਸ ਉਸ ਵੇਲੇ ਰੋਂਦੇ ਸੀਗੇ ਕਿ ਦੇਖ ਲਓ ਕਿ ਅਮੈਰੀਕਨਸ ਕਿੰਨੀ ਤੇਜ਼ੀ ਨਾਲ ਲਾਈ ਜਾ ਰਹੇ ਪਹਿਲਾ ਡੋਸ ਵੀ ਲਾ ਰਹੇ ਆ ਸੈਕਿੰਡ ਡੋਸ ਵੀ ਲਾ ਰਹੇ ਆ ਸਾਨੂੰ ਇਹਨੇ 16 ਹਫ਼ਤੇ ਤੱਕ ਕਿਉਂ ਵੇਟ ਕਰਨਾ ਪੈ ਰਿਹਾ ਅਤੇ ਓਵਰਆਲ ਜਦੋਂ ਬਾਅਦ 'ਚ ਦੇਖਿਆ ਗਿਆ ਅਤੇ ਹੁਣ ਉਹ ਪਤਾ ਲੱਗਿਆ ਕਿ ਇਨਫੈਕਟ ਉਹ 16 ਹਫ਼ਤਿਆਂ ਵਾਲਾ ਜਿਹੜਾ ਗੈਪ ਸੀ ਉਹ ਜ਼ਿਆਦਾ ਬੈਟਰ ਸੀਗਾ ਇਮਿਊਨਿਟੀ ਵਾਸਤੇ ਜਿਹੜਾ ਕੰਪੇਅਰ ਟੂ 3-3 ਹਫ਼ਤਿਆਂ ਵਾਸਤੇ ਅਮੈਰੀਕਨਸ ਦੇ ਲੱਗਾ ਸੀਗਾ ਸੋ ਇਸ ਕਰਕੇ ਇਹਨਾਂ ਨੇ ਚੈੱਕ ਕੀਤਾ ਕਿ ਜਿੰਨਾ ਥੋੜ੍ਹਾ ਜਿਹਾ ਜ਼ਿਆਦਾ ਡਿਲੇ ਕਰ ਸਕਦੇ ਹਾਂ 3 ਹਫ਼ਤੇ ਤੋਂ ਵੱਧ ਉਨੀ ਜ਼ਿਆਦਾ ਬੱਚਿਆਂ ਦੀ ਇਮਿਊਨਿਟੀ ਵੱਧਦੀ ਹੈ ਤਾਂ ਕਰਕੇ ਕੈਨੇਡੀਅਨਸ ਨੇ ਆਖਿਆ ਕਿ 8 ਹਫ਼ਤੇ ਹੀ ਰੱਖਾਂਗੇ ਨਾ ਕਿ 3 ਹਫ਼ਤੇ ਜੋ ਟ੍ਰਾਇਲ ਦੇ ਵਿੱਚ ਸੀ ਜੀ ਔਰ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਓਨਟੇਰੀਓ ਦੇ ਵਿੱਚ ਬੂਸਟਰ ਸ਼ੋਟਸ ਵੀ ਐਕਸਪੈਂਡ ਕੀਤੇ ਜਾ ਰਹੇ ਨੇ ਪਹਿਲਾਂ 70 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਸੀ ਔਰ ਰੀਸੈਂਟਲੀ ਐਲਾਨ ਕੀਤਾ ਗਿਆ ਕਿ ਜਿਹੜੇ 50 ਸਾਲ ਤੋਂ ਉੱਪਰ ਹੈਗੇ ਨੇ ਉਹ ਵੀ ਬੂਸਟਰ ਸ਼ੋਟਸ ਜ਼ਰੂਰ ਲਗਵਾਉਣ ਸੋ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟੀਨੇਜਰਸ ਲਈ ਵੀ ਬੂਸਟਰ ਸ਼ੋਟਸ ਅਵੇਲੇਬਲ ਹੋਣਗੇ ਅਤੇ ਫਿਰ ਬੱਚਿਆਂ ਨੂੰ ਵੀ ਲਗਾਏ ਜਾਣਗੇ ਔਰ ਕਿੰਨੀ ਜ਼ਰੂਰੀ ਹੈਗੀ ਹੈ ਇਸ ਵੇਲੇ 3rd ਡੋਜ਼ ਦੇਖੋ ਜਿਹੜੇ 50 ਐਂਡ ਅਬਵ ਜਾਂ ਹੈਲਥ ਕੇਅਰ ਵਰਕਰਸ ਨੇ ਜਾਂ ਜਿਹਨਾਂ ਨੇ ਐਸਟ੍ਰਾਜ਼ੈਨਿਕਾ ਦਾ ਟੀਕਾ ਵਗੈਰਾ ਲਵਾਇਆ ਹੈ ਉਹਨਾਂ ਵਾਸਤੇ ਤਾਂ ਇੰਪੋਰਟੈਂਟ ਹੈਗੀ ਹੈ ਕਿਉਂ ਇਹ ਵਾਲਾ ਬੂਸਟਰ ਡੋਸ ਕਿਉਂਕਿ ਜਿੰਨੀ ਤੁਹਾਡੀ ਵੱਧ ਉਮਰ ਹੋਵੇ ਉਹਨਾਂ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਅਤੇ ਬੂਸਟਰ ਦੀ ਲੋੜ ਪੈਂਦੀ ਹੈ ਪਰ ਜੇ ਤੁਸੀਂ ਲੈਸ ਦੈਨ 50 ਦੇਖੋ ਉਹਨਾਂ ਵਾਸਤੇ ਹਜੇ ਤੱਕ ਡੇਟਾ ਸ਼ੋਅ ਕਰ ਰਿਹਾ ਕਿ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੈਕਮੈਂਡੇਸ਼ਨ ਬਦਲਿਆ ਵੀ ਜਾ ਸਕਦਾ ਪਰ ਸੋ ਫਾਰ ਉਹਨਾਂ ਨੇ ਇਹ ਦੇਖਿਆ ਕਿ ਲੈਸ ਦੈਨ 50 ਜੇ ਤੁਸੀਂ ਬਿਲਕੁਲ ਹੈਲਥੀ ਹੋ ਤੇ ਫਿਰ ਇਸ ਕਰਕੇ ਤੁਹਾਨੂੰ ਬੂਸਟਰ ਸ਼ਾਟ ਲਾਉਣ ਦੀ ਲੋੜ ਨਹੀਂ ਹੈਗੀ ਜਿਹੜੀ ਦੂਜੀ ਗੱਲ ਹੈ ਬੱਚਿਆਂ ਦੀ ਉਹਨਾਂ ਵਾਸਤੇ ਹਲੇ ਸਾਨੂੰ ਪਤਾ ਨਹੀਂ ਹੈਗਾ ਸੋ ਉਹਨਾਂ ਵਾਸਤੇ ਰੈਕਮੈਂਡੇਸ਼ਨ ਤਾਂ ਹਲੇ ਬਿਲਕੁਲ ਨਹੀਂ ਹੈਗੀ 3rd ਡੋਸ ਵਾਸਤੇ ਹਜੇ ਤਾਂ ਉਹਨਾਂ ਵਾਸਤੇ 2 ਡੋਸਿਸ ਹੀ ਬਹੁਤ ਹੈ ਕਿਉਂਕਿ ਉਹਨਾਂ ਦੇ ਇਮਿਊਨ ਸਿਸਟਮ ਥੋੜ੍ਹਾ ਜਿਹਾ ਜ਼ਿਆਦਾ ਸਟਰੋਂਗ ਹੁੰਦਾ ਪਰ ਹੋ ਸਕਦਾ ਕਿ ਜਿਵੇਂ ਅਡਲਟਸ ਦੇ ਵਿੱਚ ਜਿੰਨੇ ਮਹੀਨੇ ਬੀਤਦੇ ਜਾਂਦੇ ਆ ਹੌਲੀ ਹੌਲੀ ਤੁਹਾਡੀ ਇਮਿਊਨਿਟੀ ਘੱਟਦੀ ਜਾਂਦੀ ਹੈ ਹੋ ਸਕਦਾ ਕਿ ਉਹਨਾਂ ਦੀ ਇਮਿਊਨਿਟੀ ਦੇ ਵੀ ਇਹ ਅਸਰ ਹੋਵੇ ਕਿ ਜੇ ਉਹਨਾਂ 'ਚ ਵੀ ਇਹ ਦੇਖਿਆ ਗਿਆ ਅਸਰ ਤਾਂ ਫਿਰ ਹੋ ਸਕਦਾ ਉਹਨਾਂ ਵਾਸਤੇ ਵੀ ਬੂਸਟਰ ਡੋਸ ਦੀ ਲੋੜ ਪਏਗੀ ਕਦੀ ਨਾ ਕਦੀ ਤਾਂ ਪਏਗੀ
ਹੋ ਸਕਦਾ ਜਿਹੜਾ 50 ਐਂਡ ਅਬਵ 6 ਮਹੀਨੇ ਦੇ, ਹੋ ਸਕਦਾ ਬੱਚਿਆਂ ਨੂੰ 12 ਮਹੀਨੇ ਬਾਅਦ 18 ਮਹੀਨੇ ਬਾਅਦ ਲਾਉਣੇ ਪਵੇ। ਸੋ ਫਾਰ ਵੀ ਡੋਂਟ ਨੋ ਦੀ ਆਨਸਰ ਟੂ ਦੈਟ। ਜੀ ਜੀ ਡਾਕਟਰ ਬਾਜਵਾ, ਕੁਛ ਐਕਸਪਰਟਸ ਦਾ ਇਹ ਵੀ ਕਹਿਣਾ ਸੀਗਾ ਕਿ ਜਿਹੜੇ ਕੋਵਿਡ ਕੇਸਿਸ ਨੇ ਉਹ ਜ਼ਿਆਦਾਤਰ ਬੱਚਿਆਂ ਦੇ ਵਿੱਚ ਰਿਪੋਰਟ ਨਹੀਂ ਕੀਤੇ ਜਾ ਰਹੇ, ਸੋ ਜਿਸ ਕਰਕੇ ਕੁਛ ਪੇਰੈਂਟਸ ਦੇ ਕੰਸਰਨਸ ਆਏ ਕਿ ਜੇਕਰ ਬੱਚਿਆਂ ਨੂੰ ਕੋਵਿਡ ਇੰਨਾ ਇਫੈਕਟ ਨਹੀਂ ਕਰ ਰਿਹਾ ਤਾਂ ਉਹ ਆਪਣੇ ਬੱਚਿਆਂ ਨੂੰ ਵੈਕਸੀਨੇਟ ਕਿਉਂ ਕਰਨ? ਤੁਸੀਂ ਇਸ ਗੱਲ ਨਾਲ ਕਿੰਨਾ ਸਹਿਮਤ ਹੈਗੇ ਹੋ? ਜਸਲੀਨ, ਇਹ ਨਾ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਇਹੀ ਸੇਮ ਕੁਐਸਚਨ ਬੜੇ ਪੇਰੈਂਟਸ ਦੇ ਮਾਈਂਡਸ ਦੇ ਵਿੱਚ ਹੈਗਾ ਕਿ ਜੇ ਆਲਰੇਡੀ ਐਕਸਪਰਟਸ ਮੰਨ ਰਹੇ ਹੈ ਕਿ ਬੱਚਿਆਂ ਦੇ ਵਿੱਚ ਇੰਨੀ ਜ਼ਿਆਦਾ ਸੀਰੀਅਸ ਇਲਨੈਸ ਨਹੀਂ ਹੁੰਦੀ ਤਾਂ ਅਸੀਂ ਕਿਉਂ ਬਚਾਈਏ ਉਹਨਾਂ ਨੂੰ? ਸੋ ਇਟਸ ਅ ਵੈਰੀ ਗੁੱਡ ਕੁਐਸਚਨ, ਅਤੇ ਉਹਦਾ ਐਂਸਰ ਇਹ ਹੈ ਕਿ ਭਾਵੇਂ ਉਹਨਾਂ ਦੇ ਵਿੱਚ ਘੱਟ ਇਲਨੈਸ ਹੁੰਦੀ ਹੈ, ਪਰ ਫਿਰ ਵੀ ਜੇ ਦੇਖਿਆ ਗਿਆ, ਫੋਰ ਐਗਜ਼ਾਮਪਲ ਅਮੈਰੀਕਾ ਦੇ ਵਿੱਚ ਦੇਖਿਆ ਗਿਆ ਅਤੇ ਬਹੁਤ ਸਾਰੇ ਬੱਚੇ ਐਡਮਿਟ ਵੀ ਹੋਏ ਸੀਗੇ ਨਿਮੋਨੀਆ ਕਰਕੇ, ਉਹਨਾਂ ਨੂੰ ਆਈ ਸੀ ਯੂ ਦੇ ਵਿੱਚ ਵੀ ਦਾਖਲ ਕੀਤਾ ਗਿਆ, ਉਹਨਾਂ ਨੂੰ ਵੈਂਟੀਲੇਸ਼ਨ 'ਤੇ ਵੀ ਮਸ਼ੀਨ 'ਤੇ ਵੀ ਪਾਉਣਾ ਪਿਆ ਅਤੇ ਮੌਤਾਂ ਵੀ ਹੋਈਆਂ। ਸੋ ਇਹ ਉਹਦਾ ਡਾਊਨ ਸਾਈਡ ਹੈ ਕੋਵਿਡ ਦਾ, ਅਤੇ ਟੀਕੇ ਦਾ ਡਾਊਨ ਸਾਈਡ ਆਲਮੋਸਟ ਨਥਿੰਗ। ਸੋ ਜਦੋਂ ਤੁਸੀਂ ਦੋਵਾਂ ਚੀਜ਼ਾਂ ਨੂੰ ਵੇਖ ਕਰਕੇ ਦੇਖਦੇ ਹਾਂ, ਇੱਕ ਤਾਂ ਪਾਸਾ ਤਾਂ ਬਹੁਤ ਖਤਰਨਾਕ ਹੋ ਸਕਦਾ ਅਤੇ ਦੂਜੇ ਤਾਂ ਆਲਮੋਸਟ ਜ਼ੀਰੋ ਹੈ। ਸੋ ਇਸ ਕਰਕੇ ਜੇ ਉਹਦਾ ਭਾਰਾ ਪਾਸਾ ਮੰਨਿਆ ਜਾਂਦਾ ਕਿ ਵੈਕਸੀਨ ਜ਼ਰੂਰ ਲਵਾ ਲੈਣੀ ਚਾਹੀਦੀ ਹੈ। ਦੂਜੀ ਗੱਲ ਇਹ ਹੈ ਕਿ ਜੇ ਬੱਚਿਆਂ ਦੀ ਫਰਜ਼ ਕਰ ਲਓ ਮੌਤ ਨਹੀਂ ਹੁੰਦੀ ਤਾਂ ਘੱਟ ਹੀ ਹੋਈਆਂ ਮੌਤਾਂ, ਜੇ ਨਹੀਂ ਵੀ ਹੁੰਦੀ ਤਾਂ ਹੋਰ ਵੀ ਬੜੀਆਂ ਬਿਮਾਰੀਆਂ ਹੋ ਜਾਂਦੀਆਂ ਇਹ ਕੋਵਿਡ ਦੇ ਨਾਲ, ਜਿਵੇਂ ਫੋਰ ਐਗਜ਼ਾਮਪਲ ਹਾਰਟ ਦੀ ਇਨਫਲਮੇਸ਼ਨ, ਫੋਰ ਐਗਜ਼ਾਮਪਲ ਨਮੋਨੀਆ, ਇੱਕ ਇੱਕ ਲੌਂਗ ਕੋਵਿਡ ਕਹਿੰਦੇ ਆ ਜਿਹਦੇ ਵਿੱਚ ਤੁਹਾਨੂੰ ਬਹੁਤ ਦੇਰ ਤੱਕ ਸਿੰਪਟਮਸ ਰਹਿੰਦੇ, ਥਕਾਵਟ ਦੇ, ਤੁਹਾਡੀ ਪੂਰੀ ਸਾਹ ਨਹੀਂ ਆਉਂਦਾ ਹੈਗਾ, ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣ ਵਾਸਤੇ ਵੀ ਟੀਕੇ ਦਾ ਬਹੁਤ ਜ਼ਰੂਰੀ ਹੈ ਲਵਾਉਣਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਬੱਚੇ ਬਹੁਤ ਮਿਸ ਕਰਦੇ ਆ ਆਪਣੇ ਸਪੋਰਟਸ ਵੱਲੋਂ, ਜਿਮਨਾਸਟਿਕਸ ਵੱਲੋਂ, ਇੱਕ ਦੂਜੇ ਦੇ ਬਰਥਡੇ ਪਾਰਟੀਜ਼ ਜਾਣ ਵੱਲੋਂ। ਸੋ ਇਸ ਕਰਕੇ ਜੇ ਆਪਾਂ ਉਹਨਾਂ ਨੂੰ ਆਪਣੇ ਫਿਰ ਦੁਬਾਰਾ ਉਸੇ ਮਾਹੌਲ 'ਚ ਲਿਆਉਣਾ ਹੈ ਜਦੋਂ ਜਿਹੜੀ ਉਹਨਾਂ ਦੀ ਲਾਈਫ ਨੋਰਮਲ ਹੋ ਸਕੇ, ਤਾਂ ਇਹੀ ਇੱਕ ਤਰੀਕਾ ਹੈ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਸੋ ਇਸ ਕਰਕੇ ਜੇ ਸਾਰੀ ਚੀਜ਼ਾਂ ਆਪਾਂ ਕੰਪੇਅਰ ਕਰਦੇ ਹਾਂ ਤਾਂ ਭਾਰਾ ਪਾਸਾ ਉੱਧਰ ਹੀ ਜਾਂਦਾ ਹੈ ਕਿ ਜ਼ਰੂਰ ਲਵਾ ਲੈਣੀ ਚਾਹੀਦੀ ਹੈ ਬੱਚਿਆਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਵੱਧ ਅਸਰ ਤਾਂ ਕੋਈ ਟੀਕੇ ਤਾਂ ਹੈ ਹੀ ਨਹੀਂ, ਪਰ ਉਹਦਾ ਭਲਾ ਕਾਫੀ ਹੋ ਸਕਦਾ। ਜੀ ਜੀ ਬਿਲਕੁਲ। ਡਾਕਟਰ ਬਾਜਵਾ, ਜਦੋਂ ਹਲੇ ਵੈਕਸੀਨੇਸ਼ਨਸ ਆਣੀਆਂ ਸੀਗੀਆਂ ਉਦੋਂ ਮਾਪੇ ਆਪ ਜਿਹੜੇ ਨੇ ਕੰਸਰਨ ਸੀਗੇ, ਆਪ ਹੀ ਪੇਰੈਂਟਸ ਕਾਫੀ ਕੰਸਰਨ ਸੀ ਕਿ ਅਸੀਂ ਆਪਣੀ ਵੈਕਸੀਨੇਸ਼ਨ ਲਵਾਵਾਂਗੇ ਜਾਂ ਨਹੀਂ, ਅਤੇ ਨਾਲ ਹੀ ਅਸੀਂ ਦੇਖਿਆ ਕਿ ਕਾਫੀ ਸਾਰੇ ਪ੍ਰੋਟੈਸਟ ਵੀ ਹੋਏ ਐਂਟੀ ਵੈਕਸਿਸ ਵੱਲੋਂ ਪ੍ਰੋਟੈਸਟ ਕੀਤੇ ਗਏ, ਪਰ ਹੁਣ ਜਦੋਂ ਬੱਚਿਆਂ ਨੂੰ ਵੈਕਸੀਨੇਟ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਜ਼ਿਆਦਾ ਕੰਸਰਨ ਹੈਗੇ ਨੇ। ਸੋ ਤੁਹਾਨੂੰ ਲੱਗਦਾ ਕਿ ਬੱਚਿਆਂ ਦੀ ਜਿਹੜੀ ਵੈਕਸੀਨੇਸ਼ਨ ਪ੍ਰੋਸੈਸ ਹੈਗਾ ਜਿਹੜਾ ਉਹ ਜ਼ਿਆਦਾ ਸਮਾਂ ਲੈ ਸਕਦਾ ਹੈ ਕਿ ਜਦੋਂ ਜਿਹੜਾ ਅਸੀਂ ਨੋਰਮਲ ਜਿਹੜਾ ਦੇਖੀਏ, ਸਪੋਜ਼ 6 ਮੰਥਸ ਲੱਗੇ ਨੇ ਆਮ ਲੋਕਾਂ ਨੂੰ ਵੈਕਸੀਨੇਟ ਕਰਨ ਵਾਸਤੇ, ਤੇ ਬੱਚਿਆਂ ਨੂੰ ਜ਼ਿਆਦਾ ਟਾਈਮ ਲੱਗ ਸਕਦਾ ਹੈ? ਹਾਂਜੀ, ਇਸ ਨੂੰ ਲੱਗ ਸਕਦਾ, ਕਿਉਂਕਿ ਕਈ ਚੀਜ਼ਾਂ ਜੋ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਉਹਦੇ ਵਿੱਚ ਇਹ ਹੈ ਕਿ ਆਲਰੇਡੀ ਲੋਕਾਂ ਨੂੰ ਇਹ ਮਨ 'ਚ ਬੈਠਾ ਹੋਇਆ ਕਿ ਬੱਚੇ ਇੰਨੇ ਜ਼ਿਆਦਾ ਸਿੱਕ ਨਹੀਂ ਹੁੰਦੇ, ਸੋ ਇਸ ਕਰਕੇ ਕਿਉਂ ਉਹਨਾਂ ਨੂੰ ਲਵਾਈਏ, ਇਹ ਵੀ ਇੱਕ ਕਾਰਨ ਹੈ। ਅਤੇ ਦੂਜਾ ਕਾਰਨ ਇਹ ਵੀ ਹੁੰਦਾ ਹੈ ਕਿ ਜੇ ਆਪਾਂ ਦਵਾਈ ਲੈ ਰਹੇ ਹਾਂ ਜਾਂ ਆਪਾਂ ਨੂੰ ਕੋਈ ਬਿਮਾਰੀ ਹੋ ਗਈ ਅਤੇ ਉਹ ਆਪਣੇ ਆਪ ਅਸੀਂ ਡਿਸੀਜਨ ਲੈ ਰਹੇ ਹਾਂ ਆਪਣੇ ਵਾਸਤੇ, ਕਿਸੇ ਦੂਸਰੇ ਵਾਸਤੇ ਡਿਸੀਜਨ ਲੈਣਾ ਔਖਾ ਹੋ ਜਾਂਦਾ ਹੈ। ਸੋ ਇਸ ਕਰਕੇ ਪੇਰੈਂਟਸ ਇਹ ਵੀ ਸੋਚਦੇ ਆ ਕਿ ਜੇ ਬਾਈ ਚਾਂਸ ਕੁਛ ਹੋ ਗਿਆ ਟੀਕੇ ਦੇ ਨਾਲ, ਫਿਰ ਮੈਂ ਆਪਣੇ ਆਪ ਨਾਲ ਕਿਵੇਂ ਆਪਣੇ ਆਪ ਨੂੰ ਜੀ ਸਕਾਂਗਾ ਕਿ ਮੈਂ ਆਪਣੇ ਬੱਚੇ ਨੂੰ ਆਹ ਕੀਤਾ। ਸੋ ਇਸ ਕਰਕੇ ਉਹਨਾਂ ਨੂੰ ਰੀਅਸ਼ੋਰੈਂਸ ਕਾਫੀ ਦਿੱਤੀ ਜਾਂਦੀ ਕਿ ਇਹਦਾ ਬਦ ਅਸਰ ਹੈ ਹੀ ਨਹੀਂ। ਦੇਖ ਲਓ ਕਿ ਕਿੰਨੇ ਮਿਲੀਅਨਸ ਆਫ ਟੀਕੇ ਲੱਗ ਚੁੱਕੇ ਹੋਏ USA ਦੇ ਵਿੱਚ ਬੱਚਿਆਂ ਦਾ, ਕੁਛ ਨਹੀਂ ਉਹਨਾਂ ਦਾ ਬਦ ਅਸਰ ਹੋਇਆ। ਸੋ ਇਸ ਕਰਕੇ ਜੇ ਤੁਸੀਂ ਬੱਚਿਆਂ ਨੂੰ ਟੈਟਨਸ ਤੋਂ ਬਚਾਅ ਰੱਖਦੇ ਹਾਂ, ਆਪਾਂ ਮੀਜ਼ਲਸ ਤੋਂ, ਪੋਲੀਓ ਤੋਂ ਬਚਾਅ ਰੱਖਦੇ ਹਾਂ, ਅਤੇ ਕਿੰਨੀਆਂ ਬਿਮਾਰੀਆਂ ਮੈਨਿੰਜਾਈਟਿਸ ਤੋਂ, ਨਮੋਨੀਆ ਤੋਂ ਆਪਾਂ ਬਚਾਅ ਰੱਖਦੇ ਹਾਂ ਟੀਕੇ ਲਵਾ ਲਵਾ ਕੇ, ਅਤੇ ਇਸ ਕਰਕੇ ਟੀਕੇ ਵੈਕਸੀਨ ਬਹੁਤ ਹੱਦੋਂ ਵੱਧ ਸੇਫ ਹੈ। 100 ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਵੈਕਸੀਨ ਵਰਤਦਿਆਂ ਨੂੰ, ਅਤੇ ਜਿਵੇਂ ਉਹਨਾਂ ਦੀ ਸੇਫਟੀ ਆਪਾਂ ਚੈੱਕ ਕਰਦੇ ਸੀ, ਇਹਦੀ ਵੀ ਸੇਫਟੀ ਉਨੀ ਹੀ ਦਿੱਤੀ ਗਈ ਹੈ। ਸੋ ਇਸ ਕਰਕੇ ਕਾਫੀ ਹੱਦ ਤੱਕ ਆਪਾਂ ਨੂੰ ਹੌਸਲਾ ਰੱਖਣਾ ਚਾਹੀਦਾ ਕਿ ਇਹਨਾਂ ਸੇਫਟੀ ਟੈਸਟਿੰਗ ਕੀਤੀ ਹੋਈ ਹੈ, ਵੈਕਸੀਨ ਆਰ ਵੈਰੀ ਸੇਫ, ਅਸਰ ਵੀ ਕਰਦੀਆਂ, ਅਤੇ ਆਪਾਂ ਸਾਰਿਆਂ ਨੂੰ ਰਲ ਕੇ ਅਤੇ ਬਚਾਈਏ ਅਤੇ ਆਪਾਂ ਬੈਕ ਟੂ ਨੋਰਮਲ ਛੇਤੀ ਤੋਂ ਛੇਤੀ ਆਈਏ। ਜੀ ਜੀ ਬਿਲਕੁਲ। ਆਖਰੀ ਸਵਾਲ ਹੋਏਗਾ ਓਮੀਕ੍ਰੋਨ ਵੇਰੀਐਂਟ ਸੰਬੰਧੀ। ਰੀਸੈਂਟਲੀ ਅਸੀਂ ਦੇਖ ਰਹੇ ਹਾਂ ਕਿ ਕਾਫੀ ਕੇਸਿਸ ਸਾਹਮਣੇ ਆ ਰਹੇ ਨੇ, ਟਰੈਵਲ ਰਿਸਟ੍ਰਿਕਸ਼ਨਸ ਵੀ ਲਿਆਂਦੀਆਂ ਗਈਆਂ ਨੇ, ਕਿੰਨਾ ਖਤਰਨਾਕ ਹੈਗਾ ਇਹ ਨਵਾਂ ਵੇਰੀਐਂਟ, ਐਂਡ ਕੀ ਲੱਗਦਾ ਤੁਹਾਨੂੰ ਕਿ ਕੈਨੇਡਾ 5th ਵੇਵ ਦਾ ਸਾਹਮਣਾ ਕਰੇਗਾ ਜਾਂ ਫਿਰ ਕੈਨੇਡਾ ਦੇ ਵਿੱਚ 4th ਵੇਵ ਕਦੀ ਖਤਮ ਹੀ ਨਹੀਂ ਹੋਈ ਸੀ ਔਰ ਇਹ ਵੇਵ ਜਿਹੜੀ ਹੈ ਕੰਟੀਨਿਊ ਰਹੇਗੀ?
ਸੋ ਫਾਰ ਤਾਂ ਇਹੀ ਮੰਨਿਆ ਜਾ ਰਿਹਾ ਕਿ ਰਾਈਟ ਨਾਓ ਉਹ ਫੋਰਥ ਵੇਵ ਹੀ ਚੱਲ ਰਹੀ ਹੈਗੀ ਆ ਤੇ ਫਿਫਥ ਵੇਵ ਹੋਏਗੀ ਪਰ ਇਹ ਹੈ ਕਿ ਆਪਣਾ ਮਤਲਬ ਇਹ ਹੈ ਕਿ ਉਹਨੂੰ ਜਿੰਨੇ ਵੀ ਹੋਣ ਉਸ ਤੋਂ ਬਾਅਦ ਫਿਫਥ ਸਿਕਸ ਸੈਵਨ ਜਿੰਨੇ ਵੀ ਵੇਵ ਆਏ ਉਹ ਨਿੱਕੇ ਨਿੱਕੇ ਜਿਹੇ ਵੇਵ ਆਉਣ ਨਾ ਕਿ ਵੱਡੇ ਵੱਡੇ ਜਿਵੇਂ ਫੋਰ ਐਗਜ਼ਾਮਪਲ ਥਰਡ ਵੇਵ ਤਾਂ ਬਹੁਤ ਜ਼ਿਆਦਾ ਸੀਰੀਅਸ ਸੀ ਫੋਰਥ ਵੇਵ ਥੋੜ੍ਹਾ ਜਿਹਾ ਉਦੋਂ ਘੱਟ ਹੈ ਅਤੇ ਇਹ ਜਿਹੜੀ ਨਵਾਂ ਵੇਰੀਐਂਟ ਆਇਆ ਹੁਣ ਸਾਊਥ ਅਫਰੀਕਾ ਤੋਂ ਸਾਊਥ ਸਾਊਦਰਨ ਅਫਰੀਕਾ ਤੋਂ ਉਹ ਹੈ ਉਹਦਾ ਨਾਂ ਹੈਗਾ ਓਮਿਕਰੋਨ ਅਤੇ ਇਹ ਇਸ ਤੋਂ ਪਹਿਲਾਂ ਜਿਹੜਾ ਵਾਲਾ ਸੀ ਉਹ ਡੈਲਟਾ ਸੀ ਅਤੇ ਉਹ ਬਹੁਤ ਫੈਲ ਗਿਆ ਹੋਇਆ ਜਦੋਂ ਕੈਨੇਡਾ ਦੇ ਵਿੱਚ ਡੈਲਟਾ ਹਾਲੇ ਆਇਆ ਹੀ ਸੀ ਉਦੋਂ ਕੁਝ ਕੇਸਿਸ ਸੀ ਅਤੇ ਕਿੰਨੇ ਆਪਾਂ ਡਰ ਗਏ ਸੀ ਕਿ ਹੁਣ ਇਸ ਵੇਲੇ ਸਾਰਿਆਂ ਕੋਵਿਡ ਕੇਸਿਸ ਦੇ ਵਿੱਚੋਂ 99% ਕੇਸਿਸ ਡੈਲਟਾ ਦੇ ਨੇ ਸੋ ਇਸ ਕਰਕੇ ਗਵਰਨਮੈਂਟਸ ਸਰਕਾਰਾਂ ਨੂੰ ਇਹੀ ਡਰ ਹੈ ਕਿ ਜਿਵੇਂ ਡੈਲਟਾ ਇੰਨੀ ਛੇਤੀ ਫੈਲ ਗਿਆ ਛਾ ਗਿਆ ਇਹ ਨਾ ਹੋਵੇ ਕਿ ਓਮਿਕਰੋਨ ਵੀ ਇਸ ਤਰ੍ਹਾਂ ਫੈਲ ਜਾਵੇ ਸੋ ਸੋ ਫਾਰ ਵੇਰੀਐਂਟ ਦੇ ਵਿੱਚ ਤਿੰਨ ਡਰ ਹੁੰਦੇ ਆ ਇੱਕ ਤਾਂ ਹੁੰਦਾ ਕਿ ਇਹ ਕਿੰਨੀ ਛੇਤੀ ਫੈਲਦਾ ਦੂਜਾ ਇਹ ਹੁੰਦਾ ਕਿ ਇਹ ਖਤਰਨਾਕ ਕਿੰਨਾ ਅਤੇ ਕਿ ਸੀਰੀਅਸ ਇਲਨੈਸ ਲਿਆਉਂਦਾ ਜਾਂ ਨਹੀਂ ਅਤੇ ਤੀਜਾ ਫੈਕਟਰ ਇਹ ਹੁੰਦਾ ਕਿ ਜਿਹੜੀਆਂ ਵੈਕਸੀਨਸ ਆਪਾਂ ਲਵਾਈਆਂ ਉਹ ਵੈਕਸੀਨ ਅਸਰ ਕਰਨਗੀਆਂ ਇਸ ਵੈਰੀਐਂਟ 'ਤੇ ਕਿ ਨਹੀਂ ਤਿੰਨੇ ਚੀਜ਼ਾਂ ਦੇ ਸੋ ਫਾਰ ਐਂਸਰ ਸਾਨੂੰ ਪੂਰਾ ਅਸੀਂ ਦਾਅਵੇ ਨਾਲ ਕਹਿ ਨਹੀਂ ਸਕਦੇ ਕਿਉਂਕਿ ਬਹੁਤ ਨਵਾਂ ਵੈਰੀਐਂਟ ਆ ਹਜੇ